ਸਾਧ ਸੰਗਤ ਜੀ ਆਪ ਬਹੁਤ ਹੀ ਵਡਭਾਗੀ ਹੋ ਜੋ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਰ ਸਾਲ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਦੀ ਅਸੀਸ ਲੈ ਕੇ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਕਰਵਾ ਕੇ ਬਹੁਤ ਹੀ ਵੱਡੀ ਸਮਾਜਿਕ ਧਾਰਮਿਕ ਸੇਵਾ ਨਿਭਾ ਰਹੇ ਨੇ। ਇਸ ਸਾਲ ਵੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਜੋ ਬਹੁਤ ਸਾਰੇ ਲੋੜਵੰਦ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਵਾਉਣ ਵਾਸਤੇ ਮਹਾਨ ਉਪਰਾਲਾ ਕੀਤਾ ਗਿਆ ਹੈ। ਬੱਚੇ ਬੱਚੀਆਂ ਉਹਨਾਂ ਦੇ ਪਰਿਵਾਰ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਮਾਨ ਨੇ। ਆਓ ਪਿਆਰ ਸਤਿਕਾਰ ਸਹਿਤ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਆਪਣੀ ਗੱਲ ਸਤਿ ਸ੍ਰੀ ਅਕਾਲ। ਸੱਚਾ ਨਾਮ ਮੇਰਾ ਆਧਾਰ ਹੋ,
ਵਾਜੇ ਪੰਜ ਸ਼ਬਦ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕਉ ਤੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਭੋਆ ਇਸ ਘਰ ਅਣਹਦ ਵਾਜੇ ਤਨ ਦਸਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇ ਸਗਲ ਵਸੂਰੇ ਲਾਇਆ ਪੁੰਤਮ ਆਪਣੇ ਕਲ ਮਨ ਹੋਏ ਨਿਹਾਲ ਯਾ ਗੁਰਦਿਸ਼ਾ ਸਾਹਮਣੇ ਕਲ ਗੁਰ ਸਿਭਾਏ ਗੁਰੂ ਕਰਾਤਿ ਜਨਮ ਜੀ ਕਟੀਆ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਲਾਵੇ ਕਾਹੋ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸਰਾਸਰੀ ਮਹਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਨਾ ਸਗਲ ਵਸ ਤਾਕਾ ਜਾਤਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਨ ਸਗਲ ਵਸ ਤਾਕ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਾਣ ਕੇ ਚਰਨ ਧੂਰ